ਇੱਕ ਪਤੀ ਦੇ ਵੱਲੋਂ ਆਪਣੀ ਹੀ ਪਤਨੀ ਦਾ ਬੜੀ ਬੇਰਹਿਮੀ ਦੇ ਨਾਲ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਾਲਾਂਕਿ ਕਿਹਾ ਜਾ ਰਿਹਾ ਕਿ ਜਦੋਂ ਇਹ ਕਤਲ ਕੀਤਾ ਗਿਆ ਤਾਂ ਲੜਕੀ ਆਪਣੇ ਮਾਪਿਆਂ ਦੇ ਘਰ ਆਈ ਹੋਈ ਸੀ ਤੇ ਗੁੱਸੇ ਦੇ ਵਿੱਚ ਆਏ ਪਤੀ ਨੇ ਉਸਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਹਾਲਾਂਕਿ ਇਸ ਸਦਮੇ ਦੇ ਵਿੱਚ ਕਿਹਾ ਜਾ ਰਿਹਾ ਕਿ ਲੜਕੀ ਦੀ ਇੱਕ 6 ਸਾਲ ਦੀ ਭੈਣ ਦੀ ਵੀ ਮੌਤ ਹੋ ਗਈ ਹੈ। ਜਦੋਂ ਇਹ ਕਤਲ ਹੁੰਦਾ ਤਾਂ ਉਸ ਤੋਂ ਬਾਅਦ ਉਸਦੀ ਭੈਣ ਸਦਮੇ ਦੇ ਵਿੱਚ ਆ ਜਾਂਦੀ ਹੈ, ਜਿਸ ਦੀ ਉਮਰ 6 ਸਾਲ ਦੱਸੀ ਜਾ ਰਹੀ ਹੈ। ਤਾਂ ਉਸਨੂੰ ਜਦੋਂ ਹਸਪਤਾਲ ਲਿਜਾਇਆ ਜਾਂਦਾ ਹੈ ਤਾਂ ਉੱਥੇ ਜਾ ਕੇ ਉਸਦੀ ਵੀ ਮੌਤ ਹੋ ਜਾਂਦੀ ਹੈ। ਦਰਅਸਲ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਸਲਮਾ ਨਾਮਕ ਇੱਕ ਲੜਕੀ ਦੇ ਵੱਲੋਂ ਜਿਸਦੀ ਉਮਰ 15 ਸਾਲ ਹੈ, ਉਸਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਸੀ। ਹਾਲਾਂਕਿ ਜਦੋਂ ਨਾਬਾਲਿਗ ਸੀ ਤਾਂ ਉਸਦਾ ਪਿਤਾ ਉਸਨੂੰ ਆਪਣੇ ਨਾਲ ਘਰ ਲੈ ਆਇਆ, ਜਿਸ ਤੋਂ ਬਾਅਦ ਜੋ ਉਸਦਾ ਪਤੀ ਹੈ ਜਦੋਂ ਰਾਤ ਨੂੰ ਉਸਦੇ ਘਰ ਪਹੁੰਚਦਾ ਤਾਂ ਉੱਥੇ ਜਾ ਕੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਅਤੇ ਬਹਿਸ ਇਸ ਕਦਰ ਵੱਧ ਜਾਂਦੀ ਹੈ ਕਿ ਜੋ ਪਤੀ ਹੈ ਉਸਦਾ ਚਾਕੂ ਮਾਰ ਕੇ ਉਸਦੀ ਹੱਤਿਆ ਕਰ ਦਿੰਦਾ ਹੈ। ਤਾਂ ਉਸ ਤੋਂ ਬਾਅਦ ਇਹ ਸਾਰਾ ਘਟਨਾਕ੍ਰਮ ਆਪਣੀ ਅੱਖਾਂ ਸਾਹਮਣੇ ਦੇਖ ਕੇ ਜੋ ਛੋਟੀ ਭੈਣ ਸੀ ਉਹ ਵੀ ਸਦਮੇ ਦੇ ਵਿੱਚ ਆ ਜਾਂਦੀ ਹੈ ਅਤੇ ਉਸਦੀ ਵੀ ਤਬੀਅਤ ਅਚਾਨਕ ਖਰਾਬ ਹੋ ਜਾਂਦੀ ਹੈ ਅਤੇ ਉਸਨੂੰ ਵੀ ਜਦੋਂ ਇਲਾਜ ਦੇ ਲਈ ਹਸਪਤਾਲ ਲਿਜਾਇਆ ਜਾਂਦਾ ਤਾਂ ਕਿਹਾ ਜਾ ਰਿਹਾ ਕਿ ਉੱਥੇ ਜਾ ਕੇ ਉਸਦੀ ਵੀ ਮੌਤ ਹੋ ਗਈ ਹੈ। ਹਾਲਾਂਕਿ ਜੋ 16 ਸਾਲ ਦੀ ਸਲਮਾ ਉਸਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਸੀ ਅਤੇ ਕਿਹਾ ਜਾ ਸਕਦਾ ਹੈ ਕਿ ਲਵ ਮੈਰਿਜ ਦਾ ਖੌਫਨਾਕ ਅੰਤ ਹੋਇਆ, ਜਿਸ ਦੇ ਵਿੱਚ ਪਤੀ ਨੇ ਹੀ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਤਾਂ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ। ਦੂਜੇ ਪਾਸੇ ਹੁਣ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਂਜੀ, ਇੱਕ ਲੜਕੀ ਸੀਗੀ ਸਲਮਾ ਨਾਂ ਦੀ, ਜੋ ਕਿ ਪਿੱਛੇ ਜੇ ਇਹਨੇ ਇੱਕ ਸ਼ਾਦੀ ਕਰਾਈ ਸੀਗੀ ਆਪਣੀ ਮਰਜ਼ੀ ਦੇ ਨਾਲ, ਜਿਸਦਾ ਲੜਕਾ ਸੀਗਾ ਅਰੁਣ ਕੁਮਾਰ ਏਲੀਅਸ ਕੋਕੋ ਨਾਲ, ਅਤੇ ਉਹ ਕੁਛ ਦਿਨ ਪਹਿਲਾਂ ਇਹਦਾ ਫਾਦਰ ਲੜਕੀ ਨੂੰ ਲੈ ਆਇਆ ਸੀਗਾ ਘਰ, ਅਤੇ ਉਹ ਕਿਸੇ ਗੱਲ ਕਰਕੇ ਡਿਸਪਿਊਟ ਹੋ ਗਿਆ ਅਤੇ ਉਹਨੇ ਤੈਸ਼ ਦੇ ਵਿੱਚ ਆ ਕੇ ਲੜਕੀ ਦੇ ਉਹਨੇ ਛੁਰਾ ਮਾਰ ਦਿੱਤਾ ਕੱਲ੍ਹ, ਅਤੇ ਉਹਨੂੰ ਜ਼ਖਮੀ ਹਾਲਤ ਦੇ ਵਿੱਚ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਰਿਵਾਰ ਵੱਲੋਂ, ਜਿੱਥੇ ਡਾਕਟਰਾਂ ਵੱਲੋਂ ਉਹਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇੱਕ ਭਾਅ ਜੀ, ਕੁੜੀ ਨਾਲ ਇੱਕ ਹੋਰ ਜਿਹੜੀ ਛੋਟੀ 6 ਦੱਸੀ ਹੁਸਨਪ੍ਰੀਤ ਦੱਸਿਆ ਜਾ ਰਿਹਾ ਜਿਹਦਾ ਨਾਮ, ਉਹਦੀ ਵੀ ਡੈਥ ਹੋਈ ਹੈ ਸਵੇਰੇ, ਉਹਦਾ ਕੀ ਹੈ? ਇੱਕ ਉਹਦੀ ਛੋਟੀ ਭੈਣ ਸੀ ਕੱਲ੍ਹ ਨਾਲ ਜਦੋਂ ਇਹ ਵਾਕਿਆ ਹੋਇਆ, ਅਤੇ ਉਹ ਪਰਿਵਾਰ ਦੇ ਫਿਲਹਾਲ ਅਸੀਂ ਬਿਆਨਾਂ ਤਾਂ ਅਸੀਂ ਕਲਮਬੰਦ ਕਰਦੇ ਹਾਂ, ਪਰ ਮੁੱਢਲੀ ਪੜਤਾਲ ਦੇ ਦੌਰਾਨ ਪਾਇਆ ਗਿਆ ਵੀ ਉਹ ਬਿਮਾਰ ਵੀ ਸੀਗੀ ਇੱਕ ਤਾਂ, ਅਤੇ ਉਹਨੂੰ ਕੁਛ ਇਹ ਵੀ ਲੱਗਿਆ ਵੀ ਉਹਦੀ ਸਿਸਟਰ ਦੀ ਡੈਥ ਹੋ ਗਈ, ਅਤੇ ਉਹਨੂੰ ਅੱਜ ਇਹਨਾਂ ਨੇ ਜਦੋਂ ਜ਼ਿਆਦਾ ਬਿਮਾਰ ਹੋ ਗਈ ਸਵੇਰੇ ਉਹਨੂੰ ਹੋਸਪਿਟਲ ਦਾਖਲ ਕਰਵਾਇਆ ਗਿਆ ਰਜਿੰਦਰਾ, ਅਤੇ ਜਿੱਥੇ ਉਹਦੀ ਵੀ ਡੈਥ ਹੋ ਗਈ। ਅਤੇ ਭਾਅ ਜੀ, ਇਹ ਬਾਲਿਕ ਦੱਸਿਆ ਜਾ ਰਿਹਾ ਨਾਬਾਲਿਕ ਹੈ, ਕਿਉਂਕਿ ਵਿਆਹ ਦੱਸਿਆ ਜਾ ਰਿਹਾ ਨੇ ਵਿਆਹ ਕਰਿਆ ਵੈ? ਇਹ ਮਤਲਬ ਹੈ ਤਾਂ ਨਾਬਾਲਿਕ ਨੇ ਹੈਗੀਆਂ, ਮਤਲਬ ਐਕਚੁਅਲ ਡੇਟ ਆਫ ਬਰਥ ਇਹਦੇ ਫਾਦਰ ਨੂੰ ਨਹੀਂ ਪਤਾ, ਇਹਨਾਂ ਦੀ ਗਰੀਬ ਪਰਿਵਾਰ ਹੋਣ ਕਰਕੇ ਪੜ੍ਹੀ ਲਿਖੀ ਵੀ ਹੈ ਨਹੀਂ, ਕੋਈ ਇਹਦਾ ਸਰਟੀਫਿਕੇਟ ਵਗੈਰਾ ਹੈ ਨਹੀਂਗਾ, ਅਤੇ 15-16 ਸਾਲ ਦੇ ਕਰੀਬ ਸਾਨੂੰ ਦੱਸੀ ਜਾ ਰਹੀ ਹੈ। ਇੱਕ ਪਤੀ ਦੇ ਵੱਲੋਂ ਆਪਣੀ ਹੀ ਪਤਨੀ ਦਾ ਬੜੀ ਬੇਰਹਿਮੀ ਦੇ ਨਾਲ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਾਲਾਂਕਿ ਕਿਹਾ ਜਾ ਰਿਹਾ ਕਿ ਜਦੋਂ ਇਹ ਕਤਲ ਕੀਤਾ ਗਿਆ ਤਾਂ ਲੜਕੀ ਆਪਣੇ ਮਾਪਿਆਂ ਦੇ ਘਰ ਆਈ ਹੋਈ ਸੀ ਅਤੇ ਗੁੱਸੇ ਦੇ ਵਿੱਚ ਆਏ ਪਤੀ ਨੇ ਉਸਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਹਾਲਾਂਕਿ ਇਸ ਸਦਮੇ ਦੇ ਵਿੱਚ ਕਿਹਾ ਜਾ ਰਿਹਾ ਕਿ ਲੜਕੀ ਦੀ ਇੱਕ 6 ਸਾਲ ਦੀ ਭੈਣ ਦੀ ਵੀ ਮੌਤ ਹੋ ਗਈ ਹੈ। ਜਦੋਂ ਇਹ ਕਤਲ ਹੁੰਦਾ ਤਾਂ ਉਸ ਤੋਂ ਬਾਅਦ ਉਸਦੀ ਭੈਣ ਸਦਮੇ ਦੇ ਵਿੱਚ ਆ ਜਾਂਦੀ ਹੈ, ਜਿਸਦੀ ਉਮਰ 6 ਸਾਲ ਦੱਸੀ ਜਾ ਰਹੀ ਹੈ। ਤਾਂ ਉਸਨੂੰ ਜਦੋਂ ਹਸਪਤਾਲ ਲਿਜਾਇਆ ਜਾਂਦਾ ਹੈ ਤਾਂ ਉੱਥੇ ਜਾ ਕੇ ਉਸਦੀ ਵੀ ਮੌਤ ਹੋ ਜਾਂਦੀ ਹੈ। ਦਰਅਸਲ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਸਲਮਾ ਨਾਮਕ ਇੱਕ ਲੜਕੀ ਦੇ ਵੱਲੋਂ ਜਿਸਦੀ ਉਮਰ 15 ਸਾਲ ਹੈ, ਉਸਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਸੀ। ਹਾਲਾਂਕਿ ਜਦੋਂ ਨਾਬਾਲਿਗ ਸੀ ਤਾਂ ਉਸਦਾ ਪਿਤਾ ਉਸਨੂੰ ਆਪਣੇ ਨਾਲ ਘਰ ਲੈ ਆਇਆ, ਜਿਸ ਤੋਂ ਬਾਅਦ ਜੋ ਉਸਦਾ ਪਤੀ ਹੈ ਜਦੋਂ ਰਾਤ ਨੂੰ ਉਸਦੇ ਘਰ ਪਹੁੰਚਦਾ ਹੈ ਤਾਂ ਉੱਥੇ ਜਾ ਕੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਅਤੇ ਬਹਿਸ ਇਸ ਕਦਰ ਵੱਧ ਜਾਂਦੀ ਹੈ ਕਿ ਜੋ ਪਤੀ ਹੈ ਉਸਦਾ ਚਾਕੂ ਮਾਰ ਕੇ ਉਸਦੀ
ਹੱਤਿਆ ਕਰ ਦਿੰਦਾ। ਤਾਂ ਉਸ ਤੋਂ ਬਾਅਦ ਇਹ ਸਾਰਾ ਘਟਨਾਕ੍ਰਮ ਆਪਣੀ ਅੱਖਾਂ ਸਾਹਮਣੇ ਦੇਖ ਕੇ ਜੋ ਛੋਟੀ ਭੈਣ ਸੀ ਉਹ ਵੀ ਸਦਮੇ ਦੇ ਵਿੱਚ ਆ ਜਾਂਦੀ ਹੈ ਅਤੇ ਉਸਦੀ ਵੀ ਤਬੀਅਤ ਅਚਾਨਕ ਖਰਾਬ ਹੋ ਜਾਂਦੀ ਹੈ ਅਤੇ ਉਸਨੂੰ ਵੀ ਜਦੋਂ ਇਲਾਜ ਦੇ ਲਈ ਹਸਪਤਾਲ ਲਿਜਾਇਆ ਜਾਂਦਾ ਤਾਂ ਕਿਹਾ ਜਾ ਰਿਹਾ ਕਿ ਉੱਥੇ ਜਾ ਕੇ ਉਸਦੀ ਵੀ ਮੌਤ ਹੋ ਗਈ ਹੈ। ਹਾਲਾਂਕਿ ਜੋ 16 ਸਾਲ ਦੀ ਸਲਮਾ ਉਸਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਸੀ ਅਤੇ ਕਿਹਾ ਜਾ ਸਕਦਾ ਹੈ ਕਿ ਲਵ ਮੈਰਿਜ ਦਾ ਖੌਫਨਾਕ ਅੰਤ ਹੋਇਆ ਜਿਸ ਦੇ ਵਿੱਚ ਪਤੀ ਨੇ ਹੀ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਤਾਂ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ। ਦੂਜੇ ਪਾਸੇ ਹੁਣ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਂਜੀ, ਇੱਕ ਲੜਕੀ ਸੀਗੀ ਸਲਮਾ ਨਾਂ ਦੀ, ਜੋ ਕਿ ਪਿੱਛੇ ਜੇ ਇਹਨੇ ਇੱਕ ਸ਼ਾਦੀ ਕਰਾਈ ਸੀਗੀ ਆਪਣਾ ਆਪਣੀ ਮਰਜ਼ੀ ਦੇ ਨਾਲ, ਜਿਸਦਾ ਲੜਕਾ ਸੀਗਾ ਅਰੁਣ ਕੁਮਾਰ ਏਲੀਅਸ ਕੋਕੋ ਨਾਲ, ਅਤੇ ਉਹ ਕੁਛ ਦਿਨ ਪਹਿਲਾਂ ਇਹਦਾ ਫਾਦਰ ਲੜਕੀ ਨੂੰ ਲੈ ਆਇਆ ਸੀਗਾ ਘਰ, ਅਤੇ ਉਹ ਕਿਸੇ ਗੱਲ ਕਰਕੇ ਡਿਸਪਿਊਟ ਹੋ ਗਿਆ ਅਤੇ ਉਹਨੇ ਤੈਸ਼ ਦੇ ਵਿੱਚ ਆ ਕੇ ਲੜਕੀ ਦੇ ਉਹਨੇ ਛੁਰਾ ਮਾਰ ਦਿੱਤਾ ਕੱਲ੍ਹ, ਅਤੇ ਉਹਨੂੰ ਜ਼ਖਮੀ ਹਾਲਤ ਦੇ ਵਿੱਚ ਰਜਿੰਦਰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਰਿਵਾਰ ਵੱਲੋਂ, ਜਿੱਥੇ ਡਾਕਟਰਾਂ ਵੱਲੋਂ ਉਹਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇੱਕ ਭਾਅ ਜੀ, ਕੁੜੀ ਨਾਲ ਇੱਕ ਹੋਰ ਜਿਹੜੀ ਛੋਟੀ 6 ਦਸੀ ਹੁਸਨਪ੍ਰੀਤ ਦੱਸਿਆ ਜਾ ਰਿਹਾ ਜਿਹਦਾ ਨਾਮ, ਉਹਦੀ ਵੀ ਡੈਥ ਹੋਈ ਹੈ ਸਵੇਰੇ, ਉਹਦਾ ਕੀ ਹੈ? ਇੱਕ ਉਹਦੀ ਛੋਟੀ ਭੈਣ ਸੀ ਕੱਲ੍ਹ ਨਾਲ ਜਦੋਂ ਇਹ ਵਾਕਿਆ ਹੋਇਆ, ਅਤੇ ਉਹ ਪਰਿਵਾਰ ਦੇ ਫਿਲਹਾਲ ਅਸੀਂ ਬਿਆਨਾਂ ਤਾਂ ਅਸੀਂ ਕਲਮਬੰਦ ਕਰਨੇ ਹਾਂ, ਪਰ ਮੁੱਢਲੀ ਪੜਤਾਲ ਦੇ ਦੌਰਾਨ ਪਾਇਆ ਗਿਆ ਵੀ ਉਹ ਬਿਮਾਰ ਵੀ ਸੀਗੀ ਇੱਕ ਤਾਂ, ਅਤੇ ਉਹਨੂੰ ਕੁਛ ਇਹ ਵੀ ਲੱਗਿਆ ਵੀ ਉਹਦੀ ਸਿਸਟਰ ਦੀ ਡੈਥ ਹੋ ਗਈ, ਅਤੇ ਉਹਨੂੰ ਅੱਜ ਇਹਨਾਂ ਨੇ ਜਦੋਂ ਜ਼ਿਆਦਾ ਬਿਮਾਰ ਹੋ ਗਈ ਸਵੇਰੇ ਉਹਨੂੰ ਹੋਸਪਿਟਲ ਦਾਖਲ ਕਰਵਾਇਆ ਗਿਆ ਰਜਿੰਦਰਾ, ਅਤੇ ਜਿੱਥੇ ਉਹਦੀ ਵੀ ਡੈਥ ਹੋ ਗਈ। ਅਤੇ ਭਾਅ ਜੀ, ਇਹ ਬਾਲਿਕ ਦੱਸਿਆ ਜਾ ਰਿਹਾ ਨਾਬਾਲਿਕ ਹੈ, ਕਿਉਂਕਿ ਵਿਆਹ ਦੱਸਿਆ ਜਾ ਰਿਹਾ ਨੇ ਵਿਆਹ ਕਰਿਆ ਵੈ? ਇਹ ਮਤਲਬ ਹੈ ਤਾਂ ਨਾਬਾਲਿਕ ਨੇ ਹੈਗੀਆਂ, ਮਤਲਬ ਐਕਚੁਅਲ ਡੇਟ ਆਫ ਬਰਥ ਇਹਦੇ ਫਾਦਰ ਨੂੰ ਨਹੀਂ ਪਤਾ, ਇਹਨਾਂ ਦੀ ਗਰੀਬ ਪਰਿਵਾਰ ਹੋਣ ਕਰਕੇ ਪੜ੍ਹੀ ਲਿਖੀ ਵੀ ਹੈ ਨਹੀਂ, ਕੋਈ ਇਹਦਾ ਸਰਟੀਫਿਕੇਟ ਵਗੈਰਾ ਹੈ ਨਹੀਂਗਾ, ਅਤੇ 15-16 ਸਾਲ ਦੇ ਕਰੀਬ ਸਾਨੂੰ ਦੱਸੀ ਜਾ ਰਹੀ ਹੈ।